ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕਰ ਲੋ ਕਿਉਂ ਉਹ ਨੂੰ ਪਾਂਡਾ ਦਿੱਲੀ 에ਰਪੋਰਟ ਤੋਂ ਹੋਣਾ ਹੀ ਇਹ ਵੱਡੀ ਖਬਰ ਹਰ ਕੋਈ ਰਹਿ ਗਿਆ ਹੈਰਾਨ ਸੋ ਤੁਸੀਂ ਵੀ ਹੋ ਜਾਓਗੇ ਖਬਰ ਨੂੰ ਦੇਖ ਲਓ ਅੰਤ ਤੱਕ ਤੇ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਅਜੇਹੇ ਅੰਸਰਾਂ ਦੇ ਵੱਲੋਂ ਲੁੱਟਖੋ ਅਤੇ ਤਸਕਰੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਲਈ ਕਈ ਤਰ੍ਹਾਂ ਦੇ तरीके ਲੱਭ ਜਾਂਦੇ ਨੇ ਦੇ ਦਿੱਲੀ 에어ਪੋਰਟ ਤੋਂ ਵੱਡੀ ਖਬਰ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦਿੱਲੀ ਦੇ ਕੁਮਾਂਤਰੀ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਕਸਟਮ ਨੇ ਸੋਨੇ ਦੀ ਤਸਕਰੀ ਦੇ ਇੱਕ ਰੈਕਟ ਦਾ ਪਰਦਾਫਾਸ਼ ਕੀਤਾ ਜਿੱਥੇ ਪੰਜਾਬ ਦੇ ਅੰਮ੍ਰਿਤਸਰ ਦੇ ਰਾਜਸਥਾਨੀ ਹਵਾਈ ਅੱਡੇ ਤੋਂ ਜਿਹੀਆਂ ਕਟਨਾਵਾਂ ਆਮ ਹੀ ਸਾਹਮਣੇ ਆ ਰਹੀਆਂ ਹਨ ਉੱਥੇ ਹੀ ਸੋਨੇ ਦੀ ਤਸਕਰੀ ਦਾ ਇਹ ਮਾਮਲਾ ਦਿੱਲੀ ਦੇ ਕੁਮਾਂਤਰੀ ਰਿਪੋਰਟ ਤੋਂ ਵੀ ਸਾਹਮਣੇ ਆਇਆ ਜਿਹੀਆਂ ਕਟਨਾਵਾਂ ਨੂੰ ਅੰਜਾਮ ਦੇਣ ਦੇ ਲਈ ਤਸਕਰਾਂ ਵੱਲੋਂ ਵੱਖ-ਵੱਖ ਤਰੀਕੇ ਅਪਣਾਏ ਜਾਂਦੇ ਨੇ ਉੱਥੇ ਹੀ ਕਸਟਮ ਅਧਿਕਾਰੀਆਂ ਵੱਲੋਂ ਇਹ ਅਜਿਹੇ ਅੰਸਰਾਂ ਨੂੰ ਕਾਬੂ ਕਰਨ ਲਈ ਪੂਰੀ ਚੌਕਸੀ ਵਰਤੀ ਜਾਂਦੀ ਹੈ ਕਸਟਮ ਅਧਿਕਾਰੀਆਂ ਵੱਲੋਂ ਇਹਨਾਂ ਤਸਕਰਾਂ ਦਾ ਪਰਦਾਫਾਸ਼ ਕਰਦੇ ਹੋਏ ਚਾਰ 에ਰਪੋਰਟ ਦੇ ਸਟਾਫਸ ਨੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਸਿੰਡੀਕੇਟ ਦੁਆਰਾ ਤਸਕਰੀ ਤੇ ਜੱਫਤ ਕੀਤੇ ਗਏ ਸੋਨੇ ਦੀ ਕੀਮਤ 72 ਲੱਖ ਰੁਪਏ ਤੋਂ ਵੱਧ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਸਕਰ ਵਿਦੇਸ਼ ਦੇ ਵਿੱਚੋਂ ਸੋਨਾ ਲਿਆ ਕੇ ਭਾਰਤ ਵਿੱਚ ਸੋਨੇ ਦੀ ਤਸਕਰੀ ਦਾ ਕੰਮ ਕੀਤਾ ਜਾਂਦਾ ਸੀ ਉੱਥੇ ਹੀ ਤਾਇਨਾਤ ਕਰਮਚਾਰੀਆਂ ਵੱਲੋਂ ਅਜੇ ਹੀ ਤਸਕਰਾਂ ਦੇ ਉੱਪਰ ਤਿੱਖੀ ਨਜ਼ਰ ਰੱਖੀ ਜਾਂਦੀ ਹੈ ਜਿਸ ਦਾ ਸਦਕਾ ਉਹ ਮਨਸੂਬਿਆਂ ਦੇ ਵਿੱਚ ਉਹਨਾਂ ਨੂੰ ਕਾਮਯਾਬ ਹੋਣ ਤੋਂ ਰੋਕਿਆ ਜਾਂਦਾ ਹੈ ਸੋ ਦੋਸਤੋ ਹੈਰਾਨੀ ਦੀ ਗੱਲ ਇਹ ਹੈ ਕਿ ਕਸਟਮ ਅਧਿਕਾਰੀਆਂ ਦੇ ਵੱਲੋਂ ਜਦੋਂ ਤਸਕਰਾਂ ਦਾ ਪਰਦਾਫਾਸ਼ ਕੀਤਾ ਤਾਂ ਚਾਰ 에ਰਪੋਰਟ ਸਟਾਫ ਦੇ ਸਣੇ ਸੱਤ ਵਿਅਕਤੀ ਤਿੰਨ ਵਿਅਕਤੀ ਤਸਕਰ ਤੇ ਚਾਰ 에ਰਪੋਰਟ ਵਾਲੇ ਜਿਨ੍ਹਾਂ ਦੀ ਸ਼ਹਿਰ ਦੇ ਨਾਲ ਇਹ ਤਸਕਰੀ ਕਰ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਸਿੰਡੀਕੇਟ ਦੁਆਰਾ ਤਸਕਰੀ ਦੇ ਜਬਤ ਕੀਤੇ ਗਏ ਸੋਨੇ ਦੀ ਕੀਮਤ 72 ਲੱਖ ਰੁਪਏ ਤੋਂ ਉੱਪਰ ਬਣ ਰਹੀ ਹੈ ਧੰਨਵਾਦ